ਪੰਜਾਬੀ ਗਾਇਕ ਐਮੀ ਵਿਰਕ ਦੀ ਇੱਕ ਨਵੀਂ ਫਿਲਮ ਦੁਬਾਰਾ ਤੋਂ ਧੁੰਮਾ ਪਾਉਣ ਆ ਰਹੀ ਹੈ ਤਾਂ ਸੀ ਇਹ ਕਿ ਕੁੜੀ ਹਰਿਆਣੇ ਦੀ ਫਿਲਮ ਜਲਦ ਰਿਲੀਜ਼ ਹੋਣ ਜਾ ਰਹੀ ਹੈ ਤੇ ਐਮੀ ਵਿਰਕ ਨੇ ਇਸ ਦਾ ਪੋਸਟਰ ਜਾਰੀ ਕਰਕੇ ਐਲਾਨ ਕੀਤਾ ਹੈ ਪੰਜਾਬੀ ਗਾਇਕ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਪਾ ਦੀ ਫਿਲਮ ਕੁੜੀ ਹਰਿਆਣੇ ਦੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਫਿਲਮ ਦੇ ਨਵੇਂ ਪੋਸਟਰ ਨਾਲ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਫਿਲਮ ਵਿੱਚ ਸੋਨਮ ਬਾਜਪਾ ਹਰਿਆਣੇ ਦੀ ਛੋਰੀ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਏਗੀ ਐਮੀ ਵਿਰਕ ਤੇ ਵਾਜਬਾ ਨੇ ਫਿਲਮ ਦਾ ਪੋਸਟਰ ਰਿਲੀਜ਼ ਕਰਕੇ ਕੈਪਸ਼ਨ ਦੇ ਵਿੱਚ ਲਿਖਿਆ ਜੱਟ ਤੇ ਜਟਣੀ ਇਥੇ ਮੈਂ ਤੇਰੇ ਨਾਲ ਨਹੀਂ ਤੇਰੇ ਲਈ ਲੜਨਾ ਚਾਹਾਂ 14 ਜੂਨ ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ ਜਿਸ ਤੋਂ ਬਾਅਦ ਫਿਲਮ ਦਾ ਪੋਸਟਰ ਵੇਖ ਕੇ ਪ੍ਰਸੰਸਕਾਂ ਵਿੱਚ ਫਿਲਮ ਨੂੰ ਲੈ ਕੇ ਹੋਰ ਜ਼ਿਆਦਾ ਉਸ਼ਾਵਾਦ ਗਿਆ ਤੇ ਦੋਵਾਂ ਦੀ ਫਿਲਮ ਦਾ ਫੈਨਸ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਨੇ ਇਸ ਫਿਲਮ ਨੂੰ ਲੋਕਾਂ ਦਾ ਕਿੰਨਾ ਜ਼ਿਆਦਾ ਪਿਆਰ ਮਿਲ ਰਿਹਾ ਹੈ ਇਸ ਦਾ ਪਤਾ ਕਮੈਂਟਸ ਤੋਂ ਚੱਲਦਾ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਮੇਡੀ ਰੋਮਾਂਸ ਤੇ ਆਧਾਰਿਤ ਹੋਵੇਗੀ ਇਸ ਵਿੱਚ ਕੁਸ਼ਤੀ ਤੇ ਖੇਡ ਜਗਤ ਰਵੱਲ ਧਿਆਨ ਕੇਂਦਰਿਤ ਕੀਤਾ ਗਿਆ ਜਿਸ ਵਿੱਚ ਪੰਜਾਬ ਤੇ हरियाणा ਦੋਮਾ ਰਾਜਾ ਤੇ ਭਾਰਤ ਦੇ ਜੱਟ ਤੇ जाट ਸੱਭਿਆਚਾਰਾ ਵਾਲੀ ਸਟਾਰ ਕਾਸਟ ਅਹਿਮ ਭੂਮਿਕਾ ਦੇ ਵਿੱਚ ਨਜ਼ਰ ਆਏਗੀ ਫਿਲਮ ਵਿੱਚ ਸੋਨਮ ਤੇ ਐਮੀ ਤੋਂ ਇਲਾਵਾ ਹਰਿਆਣਵੀ ਸੁਪਰਸਟਾਰ ਅਜੇ ਹੁੜਾ ਮਹਾਨ ਹਰਿਆਣਵੀ ਬਾਲੀਵੁੱਡ ਅਭਿਨੇਤਾ ਯਸ਼ਪਾਲ ਸ਼ਰਮਾ ਨੇ ਇਸ ਤੋਂ ਇਲਾਵਾ ਪੰਜਾਬੀ ਸਟਾਰ ਯੋਗਰਾਜ ਸਿੰਘ ਹਰਦੀਪ ਗਿੱਲ ਸੀਮਾ ਕੌਸ਼ਲ ਦੀ ਸ਼ਾਨਦਾਰ ਅਦਾਕਾਰੀ ਵੀ ਵੇਖਣ ਨੂੰ ਮਿਲੇਗੀ ਹਾਲੇ ਵਿੱਚ ਸੋਨਮ ਬਾਜਵਾ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਹਿੱਸਾ ਬਣੀ ਸੀ ਇਸ ਦੌਰਾਨ ਅਦਾਕਾਰਾਂ ਦਾ ਬਰਾਇਡਲ ਲੁੱਕ ਵੀ ਖੂਬ ਚਰਚਾ ਵਿੱਚ ਰਿਹਾ ਸੀ ਬਰਾਹਾਲ ਐਮੀ ਬਿਰਕ ਦੀ ਜਕਰ ਗੱਲ ਕਰੀਏ ਤਾਂ ਪੰਜਾਬ ਦੇ ਸਦਾਬਹਾਰ ਅਦਾਕਾਰ ਐਮੀ ਵਿਰਕ ਆਪਣੀਆਂ ਫਿਲਮਾਂ ਦੇ ਨਾਲ ਅਕਸਰ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀਆਂ ਫਿਲਮਾਂ ਨੂੰ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਖੂਬ ਅਤੇ ਭਰਪੂਰ ਪਿਆਰ ਮਿਲਦਾ ਹੈ ਉਹਨਾਂ ਦੀਆਂ ਫਿਲਮਾਂ ਕਮੇਡੀ ਦੇ ਨਾਲ ਨਾਲ ਪਰਿਵਾਰਕ ਫਿਲਮਾਂ ਹੁੰਦੀਆਂ ਨੇ ਜਿਸ ਨੂੰ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਵੀ ਦਰਸ਼ਕ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਤੇ ਜੇਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਇਹ ਹੁਣ ਇਸ ਦੇ ਟਾਈਟਲ ਨੂੰ ਵੇਖ ਕੇ ਹੀ ਲੱਗਦਾ ਹੈ ਕਿ ਇਹ ਹਰਿਆਣਾ ਤੇ ਆਧਾਰਿਤ ਫਿਲਮ ਹੈ ਹਰਿਆਣਾ ਦੇ ਵਿੱਚ ਕਿਸ ਤਰ੍ਹਾਂ ਕੁਸ਼ਤੀ ਨੂੰ ਪ੍ਰਮੋਟ ਕੀਤਾ ਜਾਂਦਾ ਆਪਣੀਆਂ ਬੇਟੀਆਂ ਨੂੰ ਅੱਗੇ ਲਜਾਇਆ ਜਾਂਦਾ ਹੈ ਇਹ ਫਿਲਮ ਉਸੇ ਦੇ ਬਾਰੇ ਵਿੱਚ ਬਿਆਨ ਕਰਦੀ ਹੈ ਫਿਲਮ ਦੇ ਪੋਸਟਰ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਇਸ ਫਿਲਮ ਦੇ ਵਿੱਚ ਕੁਸ਼ਤੀ ਦੇ ਨਾਲ ਸੰਬੰਧਿਤ ਕਾਫੀ ਜ਼ਿਆਦਾ ਦਾ ਪੇਚ ਵੀ ਵੇਖਣ ਨੂੰ ਮਿਲਣਗੇ ਤੇ ਨਾਲ ਹੀ ਇਹ ਫਿਲਮ ਦਰਸ਼ਕਾਂ ਦੇ ਟਿੱਡੀ ਪੀੜਾਂ ਪਾਉਣ ਦੇ ਲਈ ਵੀ ਕਾਫੀ ਜ਼ਿਆਦਾ ਕਾਰਗਰ ਸਿੱਧ ਹੋਏਗੀ। ਸੋਨਮ ਬਾਜਵਾ ਵੀ ਐਮੀ ਵਿਰਕ ਦੇ ਨਾਲ ਕਈ ਫਿਲਮਾਂ ਦੇ ਵਿੱਚ ਹੁਣ ਤੱਕ ਕੰਮ ਕਰ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਦੋਨਾਂ ਦੀ ਜੋੜੀ ਨੂੰ ਪਿਆਰ ਮਿਲਿਆ ਸੀ ਤੇ ਦੋਨਾਂ ਦੀ ਜੋੜੀ ਪੰਜਾਬ ਦੇ ਸਿਨੇਮਾ ਦੇ ਵਿੱਚ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਈ ਹੈ। ਸੋ ਹੁਣ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੁੰਦੇ ਹੀ ਦੇਖਣਾ ਹੋਵੇਗਾ ਕੁੜੀ ਹਰਿਆਣੇ ਦੀ ਜਦੋਂ ਸਕਰੀਨ ਤੇ ਆਉਂਦੀ ਹੈ ਤਾਂ ਦਰਸ਼ਕ ਇਸ ਨੂੰ ਕਿਸ ਤਰ੍ਹਾਂ ਦਾ ਪਿਆਰ ਦਿੰਦੇ ਨੇ ਤੇ ਕਿਸ ਤਰ੍ਹਾਂ ਦੀ ਕਮੈਂਟਰੀ ਦੋਨਾਂ ਦੀ ਵੇਖਣ ਨੂੰ ਮਿਲਦੀ ਹੈ ਕਿਉਂਕਿ ਜੇਕਰ ਫਿਲਮ ਹਰਿਆਣੇ ਦੀ ਕੁੜੀ ਦੇ ਆਧਾਰਤ ਹੈ ਤੇ ਜ਼ਾਹਿਰ ਜੀ ਗੱਲ ਹੈ ਇਸ ਵਿੱਚ ਹਰਿਆਣਵੀ ਭਾਸ਼ਾ ਦਾ ਵੀ ਪ੍ਰਯੋਗ ਕੀਤਾ ਹੋਵੇਗਾ ਤੇ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਆਖਿਰ ਇਹ ਕਿਸ ਤਰ੍ਹਾਂ ਦੀ ਸ਼ਾਨਦਾਰ ਵਾਪਸੀ ਕਰ ਰਹੀ ਹੈ